ਰਚਪਾਲ ਕੌਰ ਗਿੱਲ ਦਾ ਕਹਾਣੀ ਸੰਗ੍ਰਹਿ ਟਾਣੀਆਂ ਟੁੱਟੇ ਦੀ ਕਹਾਣੀ ਹੈ ਹੁਣ ਮੇਰੀ ਵਾਰੀ ਸਾਡੇ 3:00 ਵਜੇ ਛੁੱਟੀ ਹੋਣ ਤੋਂ ਬਾਅਦ ਕਲਾਸ ਵਾਸਤੇ ਅਗਲੇ ਕੁਝ ਦਿਨਾਂ ਲਈ ਪੜਾਉਣ ਦਾ ਸਮਾਨ ਤਿਆਰ ਕਰਦੀ ਨੂੰ ਕੋਈ 5:00 ਵਜੇ ਘਰ ਨੂੰ ਜਾਣ ਲੱਗਿਆਂ ਜਦੋਂ ਆਫਿਸ ਦੇ ਅੱਗੇ ਉਹਦੀ ਲੰਗੀ ਤਾਂ ਯਾਦ ਆਇਆ ਕਿ ਅੱਜ ਸਾਰਾ ਦਿਨ ਆਪਣਾ ਮੇਲ ਬਾਕਸ ਚੈੱਕ ਨਹੀਂ ਕੀਤਾ ਕਿ ਉਹ ਨਾ ਜਾਂਦੀ ਹੋਈ ਆਪਣੀ ਮੇਲ ਹੀ ਕੱਢਦੀ ਜਾਵਾਂ ਕਾਲੀ-ਕਾਲੀ ਆਫਿਸ ਦੇ ਅੰਦਰ ਜਾ ਕੇ ਆਪਣੇ ਮੇਲ ਬਾਕਸ ਵਿੱਚ ਜਾ ਹੱਥ ਮਾਰਿਆ ਸਿਰਫ ਇੱਕ ਚਿੱਠੀ ਤੋਂ ਕਾਫੀ ਵੱਡੇ ਸਾਈਜ਼ ਦਾ ਕਾਰਡ ਜ਼ਰੂਰ ਹੱਥ ਆਇਆ ਜਿਹਦੇ ਇੱਕ ਪਾਸੇ ਵੈਡਿੰਗ ਕਾਰਡ ਲਿਖਿਆ ਹੋਇਆ ਸੀ ਕਾਰਡ ਵੇਖ ਕੇ ਸੋਚਿਆ ਕਿ ਕਿਸੇ ਸਟਾਫ ਮੈਂਬਰ ਦਾ ਵਿਆਹ ਹੋਣ ਬਾਰੇ ਸੁਣਿਆ ਤਾਂ ਨਹੀਂ ਇਹ ਵਿਆਹ ਦਾ ਕਾਰਡ ਕਿਸ ਦਾ ਹੋਵੇਗਾ ਜੇਕਰ ਕਿਸੇ ਰਿਸ਼ਤੇਦਾਰ ਦਾ ਵਿਆਹ ਹੁੰਦਾ ਤਾਂ ਕਾਰਡ ਸਕੂਲ ਆਉਣ ਦੀ ਬਜਾਏ ਘਰ ਆਉਣਾ ਸੀ ਕਾਰਡ ਗਲਤੀ ਨਾਲ ਵੀ ਨਹੀਂ ਮੇਰੇ ਮੇਲ ਬਾਕਸ ਚ ਪਾਇਆ ਗਿਆ ਕਿਉਂਕਿ ਉਸ ਤੇ ਨਾਮ ਮੇਰਾ ਤੇ ਸਕੂਲ ਦਾ ਹੀ ਐਡਰੈਸ ਸੀ ਬੜੀ ਬੇਸਬਰੀ ਨਾਲ ਪਾਰਕਿੰਗ ਲੋਟ ਤੱਕ ਆਪਣੀ ਕਾਰ ਵਲ ਤੁਰੀ ਤੁਰੀ ਜਾਂਦੀ ਨੇ ਕਾਰਡ ਖੋਲਣ ਦੀ ਕੋਸ਼ਿਸ਼ ਕੀਤੀ ਕਾਰਡ ਖੋਲਦੇ ਅਨਸਾਰ ਮੇਰੀਆਂ ਨਜ਼ਰਾਂ ਮੋٹے ਅੱਖਰਾਂ ਚ ਸ਼ੈਨਨ ਵੈਡਸ ਸਾਈਮਨ ਤੇ ਪਈਆਂ ਤਾਂ ਮੈਨੂੰ ਸਮਝਣ ਚ ਦੇਰ ਨਾ ਲੱਗੀ ਕਿ ਕਾਰਡ ਕਿਸ ਦਾ ਹੈ ਵਿਆਹ ਹੋਣ ਵਾਲੀ ਸਨੇਚਰਵਾਰ ਨੂੰ ਸੀਤੇ ਨਾਲ ਹੀ ਡਾਊਨਟਾਊਨ ਦੇ ਕਿਸੇ ਚਰਚ ਦਾ ਪਤਾ ਲਿਖਿਆ ਸੀ ਜਿੱਥੇ ਸਵੇਰ ਵੇਲੇ ਵਿਆਹ ਹੋਣਾ ਸੀ ਤੇ ਰੈਸਟੋਰੈਂਟ ਵੀ ਚਰਚ ਦੇ ਕੋਲ ਹੀ ਪੈਂਦਾ ਸੀ ਜਿੱਥੇ ਸ਼ਾਮ ਨੂੰ ਰਿਸੈਪਸ਼ਨ ਹੋਣੀ ਸੀ ਸਾਰਾ ਕੁਝ ਪੜਦੇ ਅਨਸਾਰ ਮੇਰੇ ਮੂੰਹ ਨਿਕਲਿਆ ਸ਼ੈਨਨ ਦਾਵਿਆ ਤੇ ਨਾਲ ਹੀ ਸਾਲਾਂ ਦਾ ਹਿਸਾਬ ਕਿਤਾਬ ਲਾਉਂਦੀ ਹੋਈ ਸੋਚਣ ਲੱਗੀ ਸ਼ੈਨਨ ਤਾਂ ਅਜੇ ਮਸੇਂ 16 ਕ ਸਾਲ ਦੀ ਹੋਈ ਹੋएगी ਕੈਨੇਡਾ 'ਚ ਕਾਨੂੰਨੀ ਤੌਰ ਤੇ ਵਿਆਹ ਦੀ ਉਮਰ ਤਾਂ 18 ਸਾਲ ਘੱਟ ਤੋਂ ਘੱਟ ਹੋਣੀ ਜ਼ਰੂਰੀ ਹੈ। ਫਿਰ ਯਾਦ ਆਇਆ ਕਿ ਮਾਪਿਆਂ ਦੀ ਜਾਂ ਸਰਪ੍ਰਸਤਾਂ ਦੀ ਸਹਿਮਤੀ ਨਾਲ ਘੱਟ ਤੋਂ ਘੱਟ 16 ਸਾਲ ਦੀ ਹੀ ਉਮਰ ਚਾਹੀਦੀ ਹੈ ਕਿਉਂਕਿ ਪਿਛਲੇ ਸਾਲ ਸਾਡੇ ਸਕੂਲ ਦੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨੇ ਦੱਸਿਆ ਸੀ ਕਿ ਉਹਦੀ 16 ਸਾਲ ਦੀ ਕੁੜੀ ਨੇ ਵਿਆਹ ਕਰਾਉਣ ਦੀ ਜ਼ਿੱਦ ਕਰ ਲਈ ਸੀ ਤਾਂ ਉਹਨੂੰ ਆਪ ਜਾ ਕੇ ਸਿਟੀ ਹਾਲ ਆਪਣੀ ਸਹਿਮਤੀ ਦੇ ਦਸਖਤ ਕਰਨ ਤੇ ਉਹਦੀ ਕੁੜੀ ਨੂੰ ਵਿਆਹ ਕਰਾਉਣ ਦਾ ਲਾਇਸੈਂਸ ਮਿਲਿਆ ਸੀ ਅੱਜ ਮੈਂ ਕਾਰਡ ਪੜ੍ਹ ਕੇ ਬੰਦ ਹੀ ਕਰਦੀ ਪਈ ਸੀ ਕਿ ਮੇਰੇ ਪਿੱਛੇ ਸਾਡੇ ਸਕੂਲ ਦੀ ਫ੍ਰੈਂਚ ਟੀਚਰ ਜੋ ਅਕਸਰ ਲੇਟ ਤੱਕ ਸਕੂਲ ਰਹਿੰਦੀ ਸੀ ਕਿਉਂਕਿ ਸਾਰੀਆਂ ਕਲਾਸਾਂ ਨੂੰ ਫ੍ਰੈਂਚ ਪੜ੍ਹਾਉਂਦੀ ਹੋਣ ਕਰਕੇ ਉਹਨੂੰ ਕਾਫੀ ਤਿਆਰੀ ਕਰਨੀ ਪੈਂਦੀ ਸੀ ਕਾਰਡ ਖੋਲਦੀ ਹੋਈ ਆ ਰਹੀ ਸੀ ਉਹਨੂੰ ਦੇਖ ਕੇ ਮੈਂ ਖੜੀ ਹੋ ਗਈ ਤੇ ਪੁੱਛਣ ਲੱਗੀ ਕੀ ਇਹ ਸੈਸ਼ਨ ਦੇ ਵਿਆਹ ਦਾ ਕਾਰਡ ਹੈ ਉਹ ਕਹਿਣ ਲੱਗੀ ਤੈਨੂੰ ਕਿਵੇਂ ਪਤਾ ਲੱਗਾ ਕਿ ਸੈਸ਼ਨ ਦੇ ਵਿਆਹ ਦਾ ਕਾਰਡ ਹੈ ਮੈਂ ਉਹਨੂੰ ਦੱਸਿਆ ਕਿ ਮੈਂ ਵੀ ਹੁਣੇ-ਹੁਣੇ ਅਜੇ ਆਪਣੇ ਮੇਲ ਬਾਕਸ ਵਿੱਚ ਉਹਦੇ ਵਿਆਹ ਦਾ ਕਾਰਡ ਕੱਢ ਕੇ ਪੜਿਆ। ਉਹ ਮੈਨੂੰ ਪੁੱਛਣ ਲੱਗੀ, ਸ਼ੈਨਨ ਨੇ ਕਿਨੂ ਕਿਨੂ ਸੱਦਿਆ? ਜਦੋਂ ਮੈਂ ਕਿਹਾ ਪਤਾ ਨਹੀਂ ਤੇ ਕਹਿਣ ਲੱਗੀ ਮੈਂ ਤੈਨੂੰ ਕੱਲ ਨੂੰ ਸਭ ਦਾ ਪਤਾ ਕਰਕੇ ਦੱਸਾਂਗੀ। ਫ੍ਰੈਂਚ ਟੀਚਰ ਐਮੀ ਨੇ ਕਾਰਡ ਬੰਦ ਕਰਕੇ ਆਪਣੇ ਬੈਗ 'ਚ ਪਾਇਆ ਤੇ ਬੱਸ ਤੇ ਚੜਨ ਲਈ ਬੱਸ ਸਟੈਂਡ ਵੱਲ ਨੂੰ ਤੁਰ ਪਈ। ਮੈਂ ਵੀ ਆਪਣੀ ਕਾਰ ਸਟਾਰਟ ਕੀਤੀ ਤੇ ਘਰ ਵੱਲ ਚੱਲ ਪਈ। ਕਾਰਚ ਲਾਉਂਦੀ ਹੋਈ ਮੈਂ ਸ਼ੈਨਨ ਦੇ ਵਿਆਹ ਬਾਰੇ ਸੋਚ ਰਹੀ ਸਾਂ ਸ਼ੈਨਨ ਮੇਰੇ ਕੋਲੋਂ ਦੂਸਰੀ ਤੇ ਤੀਸਰੀ ਕਲਾਸ 'ਚ ਪੜ ਚੁੱਕੀ ਮੇਰੀ ਵਿਦਿਆਰਥਣ ਸੀ ਗੁਲਾਬੀ ਸੂਟ ਵਾਲੀ ਸ਼ੈਨਨ ਜੀ ਨੂੰ ਉਹਦੀ ਦਾਦੀ ਨੇ ਮੇਰੇ ਕੋਲੋਂ ਦਿੱਤਾ ਹੋਇਆ ਗੁਲਾਬੀ ਸੂਟ ਪਹਿਨਣ ਲਈ ਸੀ ਦਿੱਤਾ ਜਿਸ ਨੂੰ ਉਹ ਬਹੁਤ ਹੀ ਚਾਹੁੰਦੀ ਸੀ ਸਕੂਲ ਵਿੱਚ ਸ਼ੈਨਨ ਦੀ ਸਭ ਤੋਂ ਵੱਧ ਨੇੜਤਾ ਮੇਰੇ ਤੇ ਐਮੀ ਨਾਲ ਹੀ ਸੀ ਮੈਨੂੰ ਕਾਰਡ ਮਿਲਣ ਤੇ ਖੁਸ਼ੀ ਦੇ ਨਾਲ-ਨਾਲ ਇੱਕ ਦੁਬਿਧਾ ਵੀ ਮਹਿਸੂਸ ਹੋ ਰਹੀ ਸੀ ਕਿ ਮੈਨੂੰ ਵਿਆਹ ਤੇ ਜਾਣਾ ਵੀ ਚਾਹੀਦਾ ਹੈ ਜਾਂ ਨਹੀਂ ਫਿਰ ਸੋਚਿਆ ਕਿ ਸ਼ੈਨਨ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏਗੀ ਉਹਦੀ ਦਾਦੀ ਦੀ ਮੇਰੇ ਨਾਲ ਕਿਹੜੀ ਕੋਈ ਨਿੱਜੀ ਦੁਸ਼ਮਣੀ ਹੈ ਮੈਨੂੰ ਜ਼ਰੂਰ ਜਾਣਾ ਚਾਹੀਦਾ ਹੈ ਕਈ ਤਰ੍ਹਾਂ ਦੇ ਨਾਂ ਤੇ ਹਾਂ ਪੱਖੀ ਸਵਾਲਾਂ ਤੇ ਜਵਾਬਾਂ ਤੋਂ ਲੰਘਦੀ ਹੋਈ ਮੈਂ ਘਰ ਪੁੱਜ ਗਈ ਘਰ ਪੁੱਜਦੇ ਅੰਸਾਰ ਆਪਣੇ ਬੈਗ ਚੋਂ ਕਾਰਡ ਕੱਢ ਕੇ ਫਿਰ ਦੁਬਾਰਾ ਕਾਰਡ ਪੜਨਾ ਸ਼ੁਰੂ ਕੀਤਾ ਗੋਰਿਆਂ ਦੇ ਵਿਆਹ ਦੇ ਕਾਰਡਾਂ ਦੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗਦੀ ਹੈ ਕਿ ਉਹ ਰਿਸੈਪਸ਼ਨ ਦੀ ਜਾਣਕਾਰੀ ਦੇ ਹੇਠਾਂ ਇੱਕ ਨੋਟ ਲਿਖ ਦੇ 16 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਰਿਸੈਪਸ਼ਨ 'ਚ ਲੈ ਕੇ ਆਉਣਾ ਮਨਾ ਹੈ ਇਸ ਦਾ ਪਹਿਲੀ ਵਾਰ ਮੈਨੂੰ ਕੁਝ ਕੁ ਸਾਲ ਪਹਿਲਾਂ ਪਤਾ ਲੱਗਾ ਸੀ ਜਦੋਂ ਮੇਰੇ ਛੋਟੇ ਬੱਚਿਆਂ ਦੀ ਟੀਚਰ ਮਿਸਿਸ ਹੀਲਿੰਗ ਨੇ ਸਾਨੂੰ ਆਪਣੀ ਕੁੜੀ ਦੇ ਵਿਆਹ ਤੇ ਸੱਦਿਆ ਸੀ ਉਹਦੇ ਨਾਲ ਮੈਂ ਕੁਝ ਛਿਰ ਕੰਮ ਕੀਤਾ ਹੋਣ ਕਰਕੇ ਉਹਦਾ ਮੇਰੇ ਨਾਲ ਵੱਡਿਆਂ ਭੈਣਾ ਵਰਗਾ ਰਿਸ਼ਤਾ ਸੀ ਉਦੋਂ ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪਾਰਟੀ 'ਚ ਕਿਉਂ ਨਹੀਂ ਆਉਣ ਦਿੰਦੇ? ਉਹਨੇ ਦੱਸਿਆ ਕਿ ਰਿਸੈਪਸ਼ਨ ਦੇ ਸਮੇਂ ਸ਼ਰਾਬ ਦੀ ਵਰਤੋਂ ਹੁੰਦੀ ਹੈ। ਅਸੀਂ ਨਹੀਂ ਚਾਹੁੰਦੇ ਕਿ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਪੀਣ ਦਾ ਸਾਡੇ ਵੱਲੋਂ ਪ੍ਰੈਕਟੀਕਲ ਸਬਕ ਇਸ ਤਰ੍ਹਾਂ ਸਿਖਾਇਆ ਜਾਵੇ। ਮੈਂ ਕਿਹਾ ਸੀ ਕਿ ਸ਼ਰਾਬ ਪੀਣ ਦੀ ਉਮਰ ਤਾਂ 19 ਸਾਲ ਤੋਂ ਵੱਧ ਦੀ Ontario ਵਿੱਚ ਨਿਸ਼ਚਿਤ ਕੀਤੀ ਹੋਈ ਹੈ। ਤਾਂ ਫਿਰ 16 ਸਾਲ ਤੋਂ ਉਮਰ ਦੇ ਉੱਪਰ ਦੇ ਬੱਚਿਆਂ ਤੇ ਅਸਰ ਨਹੀਂ ਪੈਂਦਾ। ਇਹਦਾ ਕੀ ਮਤਲਬ ਹੋਇਆ? ਉਹ ਕਨ ਲਗੀ 16 ਸਾਲ ਤੋਂ ਬਾਅਦ ਬੱਚੇ ਕੁਝ ਸਿਆਣੇ ਹੋ ਜਾਂਦੇ ਐ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਗਲਤ ਹੈ ਕੀ ਸਹੀ ਉਹਦੀ ਕੁੜੀ ਦੇ ਵਿਆਹ ਤੇ ਮੈਂ ਆਪਣੇ ਸਾਰੇ ਪਰਿਵਾਰ ਸਮੇਤ ਚਰਚ ਵਿੱਚ ਗਈ ਤੇ ਰਿਸੈਪਸ਼ਨ ਤੇ ਅਸੀਂ ਦੋਵੇਂ ਜਣੇ ਬੱਚਿਆਂ ਨੂੰ ਮੇਰੀ ਮਾਂ ਕੋਲ ਛੱਡ ਕੇ ਗਏ ਸੀ ਸ਼ੈਨਨ ਦੇ ਕਾਰਡ ਤੇ ਵੀ ਰਿਸੈਪਸ਼ਨ ਦੀ ਜਾਣਕਾਰੀ ਹੀਟ ਹੋਈ ਜਿਹਾ ਨੋਟ ਜ਼ਰਾ ਕੋ ਮੋਟੇ ਅੱਖਰਾਂ ਚ ਲਿਖਿਆ ਹੋਇਆ ਸੀ ਨਾਲ ਹੀ ਮੈਨੂੰ ਯਾਦ ਆਇਆ ਕਿ ਸਾਡੇ ਵਿਆਹ ਦੇ ਕਾਰਡਾਂ ਤੇ ਵੀ ਹੀਠਾਂ ਜਾ ਕੇ ਇੱਕ ਨੋਟ ਲਿਖਿਆ ਹੁੰਦਾ no gift please ਜਿਸ ਨਾਲ ਲੋਕ ਕਾਰਡਨ ਚ ਡਾਲਰ ਪਾ ਕੇ ਦੇ ਦਿੰਦੇ ਆ ਇਹ ਵੀ ਚੰਗੀ ਗੱਲ ਹੀ ਹੈ ਇਹ ਰਿਵਾਜ ਵੀ ਥੋੜੇ ਕੁ ਚਿਰ ਤੋਂ ਸ਼ੁਰੂ ਹੋਇਆ ਹੈ ਨਹੀਂ ਤਾਂ ਵਿਆਹਾਂ ਤੇ ਲੋਕ ਗਿਫਟ ਹੀ ਲੈ ਕੇ ਜਾਂਦੇ ਸੀ ਕਈ ਵਾਰ ਇੱਕ ਹੀ ਤਰ੍ਹਾਂ ਦੇ ਕਈ ਗਿਫਟ ਇਕੱਠੇ ਹੋ ਜਾਂਦੇ ਸਨ ਜਿਨ੍ਹਾਂ ਨੂੰ ਵਿਆਹ ਵਾਲਾ ਜੋੜਾ ਕਈ ਸਾਲਾਂ ਤੱਕ ਵਿਆਹ ਵਾਲੇ ਜੋੜੇ ਨੂੰ ਕਈ ਸਾਲਾਂ ਤੱਕ ਸਾਂਭਣਾ ਪੈਂਦਾ ਸੀ ਜਿਨ੍ਹਾਂ ਚਿਰੇ ਗਿਫਟ ਉਹ ਕਿਸੇ ਹੋਰ ਦੇ ਵਿਆਹ ਤੇ ਨਹੀਂ ਸੀ ਦਿੰਦਾ ਫਿਰ ਮੈਂ ਸੋਚਣ ਲੱਗ ਪਈ ਜੇਕਰ ਸਾਡੇ ਲੋਕ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮਨਾਹੀ ਕਰ ਦੇਣ ਤਾਂ ਸ਼ਾਇਦ ਬਹੁਤੇ ਮਾਪੇ ਪਾਰਟੀ ਤੇ ਨਹੀਂ ਜਾਣਗੇ ਕਿਉਂਕਿ ਸਾਡੇ ਮਾਪੇ ਬੱਚਿਆਂ ਨੂੰ ਬਾਹਰ ਬੇਬੀ ਸਿਟਰਾਂ ਕੋਲ ਛੱਡ ਕੇ ਪਾਰਟੀ ਦਾ ਆਨੰਦ ਮਾਣ ਨਹੀਂ ਸਕਦੇ ਇਸ ਲਈ ਬੱਚਿਆਂ ਵਾਸਤੇ ਵੱਖਰਾ ਹਾਲ ਬਣਾ ਦਿੱਤਾ ਜਾਏ ਜਿੱਥੇ ਸ਼ਰਾਬ ਨਾ ਵਰਤਾਈ ਜਾਂਦੀ ਹੋਵੇ ਬਾਰੀ ਸੋਚਦੀ ਨੂੰ ਯਾਦ ਆਇਆ ਕਿ ਮੈਂ ਤਾਂ ਸ਼ੈਨਨ ਨੂੰ ਫੋਨ ਕਰਨ ਲਈ ਕਾਰਡ ਖੋਲ੍ਹਿਆ ਸੀ ਹੋਰ ਹੀ ਬਹਿਣਾ ਜਿਵੇਂ ਤੁਰੀਆਂ ਸ਼ੈਨਨ ਨੂੰ ਫੋਨ ਕਰਨ ਤੋਂ ਪਹਿਲਾਂ ਸੋਚਿਆ ਜੇਕਰ ਉਹਦੀ ਦਾਦੀ ਨੇ ਫੋਨ ਚੁੱਕਿਆ ਤਾਂ ਫਿਰ ਫਿਰ ਕੀ ਹੋਣਾ ਉਹਨੂੰ ਕਹਾਂਗੀ ਕਿ ਸ਼ੈਨਨ ਨਾਲ ਗੱਲ ਕਰਨਾ ਚਾਹੁੰਦੀ ਆ ਫੋਨ ਦੀ ਪਹਿਲੀ ਘੰਟੀ ਤੇ ਹੀ ਸ਼ੈਨਨ ਨੇ ਫੋਨ ਚੁੱਕਦਿਆਂ ਸਾਰੀ ਮੇਰੀ ਆਵਾਜ਼ ਪਛਾਣ ਲਈ ਮੈਂ ਪੁੱਛਿਆ ਸ਼ੈਨਨ ਤੈਨੂੰ ਵਿਆਹ ਦੀ ਇੰਨੀ ਕਾਲੀ ਕਿਉਂ ਪੈ ਗਈ ਪਹਿਲਾਂ ਹਾਈ ਸਕੂਲ ਤਾਂ ਖਤਮ ਕਰ ਲੈਂਦੀ ਉਹ ਅੱਗੇ ਹੋ ਕੇ ਕਹਿਣ ਲੱਗੀ ਮੈਨੂੰ ਕਾਲੀ ਨਹੀਂ ਸੀ ਕੁਝ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਮੈਨੂੰ ਵਿਆਹ ਕਰਵਾਉਣਾ ਪੈ ਗਿਆ ਤੈਨੂੰ ਪਤਾ ਹੀ ਹੈ ਕਿ ਮੇਰੀ ਮਾਂ ਮੈਨੂੰ ਤੇ ਮੇਰੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ ਡੈਡੀ ਹੋਰ ਵਿਆਹ ਕਰਵਾ ਕੇ ਸਾਡੀ ਮਤਰੀ ਹੀ ਮਾਂ ਨਾਲ ਕਿਤੇ ਹੋਰ ਜਾ ਕੇ ਰਹਿਣ ਲੱਗ ਪਿਆ ਸੀ ਤੇ ਅਸੀਂ ਆਪਣੀ ਦਾਦੀ ਕੋਲ ਰਹਿੰਦੇ ਹਾਂ ਤੇ ਮੇਰੀ ਦਾਦੀ ਨੂੰ ਹੁਣ ਥੋੜੇ ਚਿਰ ਤੋਂ ਪਤਾ ਲੱਗਾ ਕਿ ਉਹਦੀ ਉਹਨੂੰ ਛਾਤੀ ਦਾ ਕੈਂਸਰ ਹੋ ਗਿਆ ਉਹਨੂੰ ਪਤਾ ਸੀ ਕਿ ਮੈਂ ਤੇ ਸਾਈਮਨ ਇੱਕ ਦੂਸਰੇ ਨੂੰ ਮਿਲਦੇ ਹਾਂ ਮੇਰੀ ਦਾਦੀ ਨੇ ਕਿਹਾ ਕਿ ਤੂੰ ਮੇਰੇ ਜਿਉਂਦੇ ਜੀਵਿਆ ਕਰਵਾ ਲੈ ਸਾਈਮਨ ਦੀ ਉਮਰ 20 ਸਾਲ ਦੀ ਹੈ ਉਹਨੂੰ ਤਾਂ ਮਾਪਿਆਂ ਦੀ ਸਹਿਮਤੀ ਦੀ ਲੋੜ ਨਹੀਂ ਸੀ ਪੈਣੀ ਮੇਰੀ ਦਾਦੀ ਮੇਰੀ ਗਾਰਡੀਅਨ ਹੋਣ ਕਰਕੇ ਮੈਰਿਜ ਲਾਇਸੈਂਸ ਲੈਣ ਸਮੇ ਉਹਨੇ ਆਪਣੀ ਸਹਿਮਤੀ ਦੇ ਦਸਖਤ ਕਰ ਦਿੱਤੇ ਹਨ ਸਾਈਮਨ ਤੇ ਸਾਡੇ ਘਰ ਦਾ ਪਿਛਵਾੜਾ ਇੱਕ ਦੂਸਰੇ ਨਾਲ ਲੱਗਦੇ ਹੋਣ ਕਰਕੇ ਅਸੀਂ ਇੱਕ ਦੂਸਰੇ ਨੂੰ ਜਾਣਦੇ ਹਾਂ ਸਾਈਮਨ ਗ੍ਰੀਕ ਹੈ ਮੇਰੇ ਆਇਰਿਸ਼ ਹੋਣ ਕਰਕੇ ਪਹਿਲਾਂ ਤਾਂ ਸਾਈਮਨ ਦੀ ਮਾਂ ਨਹੀਂ ਸੀ ਮੰਦੀ ਫਿਰ ਸਾਈਮਨ ਨੇ ਆਪੇ ਮਨਾ ਲਿਆ ਉਂਝ ਵੀ ਮੇਰੀ ਦਾਦੀ ਤੇ ਸਾਈਮਨ ਦੀ ਮਾਂ ਦੀ ਆਪਸ ਵਿੱਚ ਨਹੀਂ ਬਣਦੀ ਦਾਦੀ ਕਹਿੰਦੀ ਹੈ ਕਿ ਸਾਈਮਨ ਚੰਗਾ ਮੁੰਡਾ ਹੈ ਸਾਡੀ ਤੁਸੀਂ ਪਰਵਾਹ ਨਾ ਕਰੋ ਆਪਣੇ ਬਾਰੇ ਸੋਚੋ ਮੈਂ ਪੁੱਛਿਆ ਤੂੰ ਮੈਨੂੰ ਵਿਆਹ ਤੇ ਆਪਣੀ ਦਾਦੀ ਤੋਂ ਪੁੱਛ ਕੇ ਸੱਦਿਆ ਉਹ ਕਹਿਣ ਲੱਗੀ ਨਹੀਂ ਇਹ ਮੇਰਾ ਤੇ ਸਾਈਮਨ ਦਾ ਫੈਸਲਾ ਹੈ ਅਸੀਂ ਬਹੁਤ ਘੱਟ ਲੋਕ ਸੱਦੇ ਹਨ ਸਕੂਲੋਂ ਸਿਰਫ ਤੈਨੂੰ ਤੇ ਫਰੈਂਚ ਟੀਚਰ ਐਮੀਨੂ ਹੀ ਸੱਦਿਆ ਤੁਸੀਂ ਮੇਰੇ ਵਿਆਹ ਤੇ ਜ਼ਰੂਰ ਆਉਣਾ ਮੈਨੂੰ ਬਹੁਤ ਖੁਸ਼ੀ ਹੋਏਗੀ ਮੈਂ ਕਿਹਾ ਮੈਂ ਜ਼ਰੂਰ ਆਵਾਂਗੀ ਸੁਣਦੇ ਅੰਸਾਰ ਉਸ ਖੁਸ਼ੀ ਹੁੰਦੀ ਹੋਈ ਨਹੀਂ ਫੋਨ ਬੰਦ ਕਰਨ ਦੀ ਇਜਾਜ਼ਤ ਮੰਗੀ ਫੋਨ ਰੱਖਦੇ ਅੰਸਾਰ ਮੈਂ ਸੋਚਣ ਲੱਗੀ ਕਿ ਸ਼ੈਨਨ ਦੇ ਵਿਆਹ ਤੇ ਕਿਹੜੀ ਡਰੈਸ ਪਾ ਕੇ ਜਾਵਾਂਗੀ ਮੇਰੇ ਕੋਲ ਗੋਰਿਆਂ ਦੇ ਵਿਆਹ ਤੇ ਪਾ ਕੇ ਜਾਣ ਲਈ ਸਿਰਫ ਦੋ ਕੁ ਡਰੈਸਾਂ ਹੀ ਹਨ ਵਿਆਹ ਸਨੇਚਰਵਰ ਨੂੰ ਹੈ ਤੇ ਅੱਜ ਸੋਮਵਾਰ ਵੀ ਖਤਮ ਹੋ ਗਿਆ ਸਟੋਰ ਤੇ ਜਾ ਕੇ ਨਵੀਂ ਡਰੈਸ ਖਰੀਦਣ ਲਈ ਵੀ ਮੇਰਾ ਮਨ ਨਹੀਂ ਸੀ ਕਰ ਰਿਹਾ ਦੋਹਾਂ ਡਰੈਸਾਂ 'ਚੋਂ ਇੱਕ ਪਾ ਕੇ ਜਾਣ ਦਾ ਫੈਸਲਾ ਕਰਕੇ ਇਹ ਵੀ ਸਮੱਸਿਆ ਹੱਲ ਕਰ ਲਈ। ਦੂਸਰੇ ਦਿਨ ਲੰਚ ਸਮੇਂ ਐਮੀ ਮੇਰੇ ਕੋਲ ਆ ਕੇ ਦੱਸਣ ਲੱਗੀ ਕਿ ਮੈਂ ਸਭ ਤੋਂ ਪੁੱਛਿਆ ਹੈ ਸ਼ੈਨਨ ਨੇ ਹੋਰ ਕਿਸੇ ਨੂੰ ਵਿਆਹ ਤੇ ਨਹੀਂ ਸੱਦਿਆ ਸਿਰਫ ਆਪਾਂ ਦੋਹਾਂ ਨੂੰ ਹੀ ਸੱਦਿਆ। ਮੈਂ ਕਿਹਾ ਮੈਨੂੰ ਪਤਾ ਹੈ ਮੈਨੂੰ ਕੱਲ ਸ਼ੈਨਨ ਨੇ ਦੱਸ ਦਿੱਤਾ ਸੀ। ਮੈਂ ਉਸ ਨੂੰ ਫੋਨ ਕੀਤਾ ਸੀ। ਐਮੀ ਕਹਿਣ ਲੱਗੀ ਮੈਂ ਸ਼ੈਨਨ ਦੇ ਵਿਆਹ ਤੇ ਜ਼ਰੂਰ ਜਾਣਾ ਚਾਹੁੰਦੀ ਆ ਪਰ ਸਵੇਰੇ ਸਵੇਰੇ ਬਸ ਤੇ ਜਾਣ ਨੂੰ ਕਾਫੀ ਸਮਾਂ ਲੱਗ ਜਾਏਗਾ। ਕਿਉਂਕਿ ਸਨੇਚਰ ਵਾਰ ਤੇ ਐਤਵਾਰ ਨੂੰ ਬੱਸ ਸਰਵਿਸ ਵੀ ਘੱਟ ਹੁੰਦੀ ਹੈ ਕਿ ਤੂੰ ਮੈਨੂੰ ਆਪਣੀ ਕਾਰ ਚ ਲਿਜਾ ਸਕਦੀ ਹੈ ਮੈਂ ਮਜ਼ਾਕ ਨਾਲ ਕਿਹਾ ਤੂੰ ਟੈਕਸੀ ਕਰਕੇ ਚਲੀ ਜਾਵੀ ਉਹ ਕਹਿਣ ਲੱਗੀ ਮੈਂ ਸ਼ਾਨਨ ਨੂੰ ਵੀ ਕੁਝ ਦੇਵਾਂਗੀ ਦੂਸਰਾ ਦੂਰ ਹੋਣ ਕਰਕੇ ਟੈਕਸੀ ਦਾ ਬਹੁਤ ਖਰਚ ਆਏਗਾ ਜੋ ਮੈਂ ਦੇ ਨਹੀਂ ਸਕਦੀ ਮੇਰੀ ਤਾਂ ਦੋ ਹਫ਼ਤੇ ਦੀ ਤਨਖਾਹ ਪਹਿਲੇ ਹੀ ਮੁੱਕੀ ਹੋਈ ਹੈ ਇਹ ਸੁਣ ਕੇ ਮੈਨੂੰ ਉਹਦੇ ਤੇ ਉਹਦੇ ਅਤੇ ਹੋਰ ਨਾ ਬਹੁਤ ਸਾਰੇ ਗੋਰਿਆਂ ਦੇ ਲਾਈਫ ਸਟਾਈਲ ਜਿੰਨਾ ਕਮਾਇਆ ਉਹਨਾਂ ਖਾ ਲਿਆ ਤੇ ਗੁੱਸਾ ਆਇਆ ਤੇ ਮੇਰੇ ਮੂੰਹ ਆਪ ਮੁਹਾਰੇ ਨਿਕਲ ਗਿਆ ਤੇਰੀ ਤਨਖਾਹ ਕਿੱਥੇ ਜਾਂਦੀ ਹੈ ਤੇਰੇ ਕੋਲ ਟੈਕਸੀ ਜੋਗੀ ਵੀ ਡਾਲਰ ਜਮਾ ਨਹੀਂ ਸਾਡੇ ਵਰਗਿਆਂ ਤਾਂ ਘਰ ਦੇ ਖਰਚੇ ਤੋਰਨ ਦੇ ਨਾਲ-ਨਾਲ ਚਾਰ ਬੱਚੇ ਵੀ ਪਾਲੇ ਐ ਐਮੀ ਸਕੂਲ ਦੇ ਨੇੜੇ ਅਪਾਰਟਮੈਂਟ ਕਿਰਾਏ ਤੇ ਲੈ ਕੇ ਆਪਣੀ ਇੱਕ ਸਹੇਲੀ ਨਾਲ ਰਹਿੰਦੀ ਸੀ ਖਾਣਾ ਪੀਣਾ ਰੋਜ਼ ਬਾਹਰੋਂ ਆਉਣ ਕਰਕੇ 2 ਹਫ਼ਤੇ ਦੀ ਉਹਦੀ ਤਨਖਾਹ ਅਗਲੀ ਤਨਖਾਹ ਆਉਣ ਤੋਂ ਪਹਿਲਾਂ ਹੀ ਉੱਡ ਜਾਂਦੀ ਮੈਨਸ ਹੋ ਚਾਏ ਕਿਹੜੀ ਮੇਰੀ ਸਿਰ ਦਰਦੀ ਐ ਐਮੀ ਜਾਣੇ ਜਾ ਉਹਦੀ ਤਨਖਾ ਉਹਨੂੰ ਵਿਆਹ ਵਾਲੇ ਦਿਨ ਨਾਲ ਲੈ ਕੇ ਜਾਣ ਲਈ ਹਾਂ ਕਰਕੇ ਮੈਂ ਆਪਣੀ ਗੱਲਬਾਤ ਦਾ ਸਿਲਸਿਲਾ ਮੁਕਾਇਆ ਵਿਆਹ ਵਾਲੇ ਦਿਨ ਮੈਂ ਐਮੀ ਨੂੰ ਉਹਦੀ ਅਪਾਰਟਮੈਂਟ ਬਿਲਡਿੰਗ ਦੇ ਅੱਗੇ ਉੱਨ ਚੁੱਕਿਆ ਤੇ ਅਸੀਂ ਚਰਚ ਵੱਲ ਰਵਾਨਾ ਹੋ ਗਈਆਂ 9 ਵਜੇ ਵਿਆਹ ਦਾ ਟਾਈਮ ਸੀ ਅਸੀਂ 9 ਵਜਨ ਤੋਂ 10 ਮਿੰਟ ਪਹਿਲਾਂ ਹੀ ਚਰਚ ਵਿੱਚ ਪਹੁੰਚ ਕੇ ਸਭ ਤੋਂ ਪਿੱਛੇ ਜਾ ਕੇ ਬੈਠ ਗਈਆਂ ਸ਼ੈਨਨ ਦੀ ਦਾਦੀ ਨੇ ਸਾਨੂੰ ਹੱਥ ਲਾ ਕੇ ਜੀ ਆਇਆਂ ਆਖਿਆ। ਉਹ ਸਾਡੇ ਥੋੜਾ ਜਿਹਾ ਮੋਰੇ ਬੈਠੀ ਸੀ। ਪਾਦਰੀ ਵਿਆਹ ਕਰਨ ਲਈ ਤਿਆਰ ਖੜਾ ਸੀ। 10 ਕੁ ਮਿੰਟਾਂ ਬਾਅਦ ਸਾਈਮਨ ਆਪਣੇ ਮਾਂ-ਬਾਪ ਨਾਲ ਚਰਚ ਅੰਦਰ ਦਾਖਲ ਹੋਇਆ। ਉਹਦੇ ਮਾਂ-ਬਾਪ ਕੁਰਸੀਆਂ ਤੇ ਬੈਠ ਗਏ। ਉਹ ਉੱਚਾ ਲੰਮਾ ਸੋਹਣਾ ਗੱਭਰੂ ਪਾਦਰੀ ਕੋਲ ਜਾ ਕੇ ਖੜੋ ਖੜਾ ਹੋਇਆ। ਉਸ ਤੋਂ ਬਾਅਦ ਸ਼ੈਨਨ ਨੂੰ ਉਹਦੇ ਪਿਓ ਦੀ ਥਾਂ ਉਹਦਾ ਭਰਾ ਜੋਸਫ ਲੈ ਕੇ ਚਰਚ ਵਿੱਚ ਦਾਖਲ ਹੋਇਆ ਤਾਂ ਦਾਦੀ ਨੇ ਮੇਰੇ ਵੱਲ ਪਿੱਛੇ ਮੁੜ ਕੇ ਘੂਰ ਕੇ ਦੇਖਿਆ। ਕਿਉਂਕਿ ਸ਼ੈਨਨ ਨੇ ਵਿਆਹ ਵਾਲੇ ਚਿੱਟੇ ਗਾਉਂਦੀ ਥਾਂ ਗੁਲਾਬੀ ਰੰਗ ਦਾ ਕੁੜਤਾ ਲਹਿੰਗਾ ਪਾਇਆ ਹੋਇਆ ਸੀ ਸਾਈਮਨ ਦੀ ਮਾਂ ਸ਼ੈਨਨ ਦੀ ਦਾਦੀ ਤੇ ਖਫਾ ਹੋ ਰਹੀ ਸੀ ਕਿ ਉਹਨੇ ਚਿੱਟੇ ਕੱਪੜੇ ਕਿਉਂ ਨਹੀਂ ਪਾਏ ਕਿਉਂਕਿ ਚਿੱਟੇ ਕੱਪੜੇ ਉਹਨਾਂ ਦੇ ਕਲਚਰ ਵਿੱਚ ਪਵਿੱਤਰਤਾ ਦੀ ਨਿਸ਼ਾਨੀ ਸਮਝੇ ਜਾਂਦੇ ਹੋਣ ਕਰਕੇ ਇਹ ਲੋਕ ਪਹਿਲੀ ਵਾਰ ਹੋਣ ਵਾਲੇ ਵਿਆਹ ਤੇ ਪਾਉਣੇ ਜ਼ਰੂਰੀ ਸਮਝਦੇ ਆਂ ਡਿਵੋਰਸ ਤੋਂ ਬਾਅਦ ਦੂਸਰੀ ਵਾਰੀ ਹੋਣ ਵਾਲੇ ਵਿਆਹ ਸਮੇਂ ਭਾਵੇਂ ਕਿਸੇ ਹੋਰ ਰੰਗ ਦੀ ਡਰੈੱਸ ਜਾਂ ਗਾਊਨ ਪਾਉਣ ਦੀ ਉਹਨਾਂ 'ਚ ਕੋਈ ਮਨਾਈ ਨਹੀਂ ਹੁੰਦੀ ਸਾਈਮਨ ਦੀ ਮਾਂ ਤੇ ਸ਼ੈਨਨ ਦੀ ਦਾਦੀ ਆਪਸ ਵਿੱਚ ਗੁਲਾਬੀ ਰੰਗ ਦੇ ਕੱਪੜਿਆਂ ਦੀ ਚਰਚਾ 'ਚ ਰੁੱਝੀਆਂ ਰਹੀਆਂ ਉਧਰ ਪਾਦਰੀ ਨੇ ਅਮੀਰੀ ਗਰੀਬੀ ਦੁੱਖ ਸੁੱਖ 'ਚ ਇੱਕ ਦੂਸਰੇ ਦਾ ਜੀਵਨ ਭਰ ਸਾਥ ਦੇਣ ਦਾ ਵਾਅਦਾ ਦੋਹਾਂ ਕੋਲੋਂ ਲਿਆ ਪਹਿਲਾਂ ਸਾਈਮਨ ਨੇ ਹਾਂ ਕਿਹਾ ਫਿਰ ਸ਼ੈਨਨ ਨੇ ਹਾਂ ਕਹੀ ਤੋਹਾਂ ਨੇ ਇੱਕ ਦੂਜੇ ਤੇ ਮੰਦਰੀਆਂ ਪਾਈਆਂ ਤੇ ਵਿਆਹ ਹੋ ਗਿਆ ਪਾਦਰੀ ਨੇ ਦੋਹਾਂ ਨੂੰ ਵਿਆਹ ਦੇ ਲਾਇਸੈਂਸ ਤੇ ਦਸਖਤ ਕਰਨ ਲਈ ਕਿਹਾ ਤੇ ਨਾਲ ਹੀ ਆਪ ਵੀ ਦਸਖਤ ਕਰਕੇ ਦੋਹਾਂ ਨੂੰ ਵਧਾਈ ਦਿੱਤੀ ਸਾਈਮਨ ਤੇ ਸ਼ੈਨਨ ਆਪਸ 'ਚ ਚੁੰਮਣ ਸਾਂਝਾ ਕਰਕੇ ਹਟੇ ਹੀ ਸਨ ਕਿ ਦਾਦੀ ਨੇ ਸ਼ੈਨਨ ਦੇ ਕੋਲ ਜਾ ਕੇ ਉਹਨੂੰ ਜੱਫੀ 'ਚ ਲੈਂਦਿਆਂ ਹੋਇਆਂ ਉਹਦੇ ਕੱਪੜਿਆਂ ਵੱਲ ਇਸ਼ਾਰਾ ਕਰਕੇ ਕਿਹਾ ਸ਼ੈਨਨ ਡੀਅਰ ਤੂੰ ਇਹ ਕੀ ਕੀਤਾ ਸ਼ੈਨਨ ਬੜੇ ਠਰਮੇ ਨਾਲ ਬੋਲੀ ਡੀਅਰ ਗ੍ਰੈਂਡਮਦਰ ਹੁਣ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਦੀ ਮੇਰੀ ਵਾਰੀ ਹੈ ਸੁਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਸ਼ੈਨਨ ਕਿੰਨੀ ਆਤਮ ਨਿਰਭਰ ਹੋ ਗਈ ਹੈ ਨਾਲ ਹੀ ਆਪਣੀ ਪਾਈ ਹੋਈ ਵੈਸਟਰਨ ਡ्रेस ਵਾਲ ਵੇਖ ਕੇ ਮੈਂ ਆਪਣੀਆਂ ਨਜ਼ਰਾਂ ਚੁਕਾ ਲਈਆਂ ਵਿਆਹ ਤੋਂ ਬਾਅਦ ਚਰਚ ਦੇ ਛੋਟੇ ਜਿਹੇ ਕਮਰੇ 'ਚ ਲੰਚ ਤੇ ਬ੍ਰੈਕਫਾਸਟ ਦਾ ਰਲਵਾ ਮਿਲਵਾਜਿਆ ਖਾਣ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰਿਆਂ ਦੇ ਨਾਲ ਅਸੀਂ ਵੀ ਖਾਣਾ ਖਾਧਾ ਤੇ ਸ਼ਾਮ ਨੂੰ ਪਾਰਟੀ ਤੇ ਮਿਲਣ ਦਾ ਵਾਅਦਾ ਕਰਕੇ ਅਸੀਂ ਉੱਥੋਂ ਵਾਪਸ ਆ ਗਈਆਂ ਰਸਤੇ 'ਚ ਮੈਂ ਕਾਰ ਚਲਾਉਂਦੀ ਹੋਈ ਸੋਚ ਰਹੀ ਸੀ ਕਿ ਮਿਸਿਸ ਹੇਲਿੰਗ ਦੀ ਕੁੜੀ ਦੇ ਵਿਆਹ ਤੇ ਤਾਂ ਮੈਂ ਪੰਜਾਬੀ ਸੂਟ ਪਾ ਕੇ ਗਈ ਸੀ। ਉਦੋਂ ਉੱਥੇ ਸਭ ਨੇ ਮੇਰਾ ਸੂਟ ਬਹੁਤ ਪਸੰਦ ਕੀਤਾ ਸੀ ਤੇ ਅੱਜ ਵੀ ਜੇਕਰ ਮੈਂ ਆਪਣਾ ਪੰਜਾਬੀ ਸੂਟ ਪਾ ਕੇ ਆਉਂਦੀ ਤਾਂ ਕਿੰਨਾ ਚੰਗਾ ਲੱਗਦਾ। ਸ਼ਾਇਦ ਸ਼ਾਨਨ ਦੀ ਦਾਦੀ ਦੀ ਨਾ ਪਸੰਦ ਦਾ ਡਰ ਵੀ ਮੇਰੇ ਸੁਚੇਤਮੰਦ ਦੀ ਕਿਸੇ ਨੁਕਰੇ ਘਰ ਕਰ ਗਿਆ ਹੋਵੇ। ਇਹਨੇ ਨੂੰ ਐਵੇਂ ਹੀ ਕਹਿਣ ਲੱਗੀ ਸ਼ਾਨਨ ਦੇ ਵਿਆਹ ਦੇ ਕੱਪੜੇ ਕਿੰਨੇ ਸੋਹਣੇ ਸਨ। ਗੁਲਾਬੀ ਰੰਗ ਤੇ ਸੁਨਹਿਰੀ ਕਢਾਈ ਵਾਲੇ ਕੱਪੜਿਆਂ 'ਚ ਉਹ ਨੇਰੀ ਰਾਜਕੁਮਾਰੀ ਲੱਗ ਰਹੀ ਸੀ। ਨਾਲ ਹੀ ਕਹਿਣ ਲੱਗੀ ਕਿ ਤੇਰੇ ਕੋਲ ਤਾਂ ਇਸ ਤਰ੍ਹਾਂ ਦੇ ਬਹੁਤ ਕੱਪੜੇ ਹੋਣਗੇ। ਮੈਂ ਕਿਹਾ ਹਾਂ, ਮੇਰੇ ਕੋਲ ਉਸ ਤਰ੍ਹਾਂ ਦੇ ਕਈ ਰੰਗਾਂ 'ਚ ਸੂਟ ਹਨ। ਮੈਂ امی ਦੇ ਦਿਲ ਦੀ ਖਾਹਿਸ਼ ਨੂੰ ਸਮਝਦੀ ਹੋਈ ਨੇ ਕਿਹਾ, "ਤੂੰ ਸ਼ਾਮ ਨੂੰ ਵੀ ਮੇਰੇ ਨਾਲ ਹੀ ਜਾਣਾ। ਹੁਣ ਪਹਿਲਾਂ ਮੈਂ ਤੈਨੂੰ ਤੇਰੇ ਘਰ ਛੱਡਾਂਗੀ, ਤੂੰ ਮੇਰੇ ਘਰ ਹੀ ਚੱਲ। ਸ਼ਾਮ ਨੂੰ ਇਕੱਠਿਆਂ ਚੱਲ ਪਾਵਾਂਗੇ।" ਉਹ ਕਹਿਣ ਲੱਗੀ ਮੇਰੇ ਸ਼ਾਮ ਨੂੰ ਪਾਉਣ ਵਾਲੇ ਕੱਪੜੇ ਤਾਂ ਘਰ ਹਨ ਮੈਂ ਕਿਹਾ ਤੂੰ ਕੱਪੜਿਆਂ ਦੀ ਫਿਕਰ ਨਾ ਕਰ ਤੇਰਾ ਤੇ ਮੇਰਾ ਕੱਪੜਿਆਂ ਦਾ ਸਾਈਜ਼ ਇੱਕੋ ਜਿਹਾ ਤਾਂ ਇਹਨੂੰ ਕੱਪੜੇ ਮਿਲ ਜਾਣਗੇ ਉਹ ਮੰਨ ਗਈ ਘਰ ਆ ਕੇ ਮੈਂ ਆਪਣਾ ਪੰਜਾਬੀ ਸੂਟਾਂ ਵਾਲਾ ਸੂਟ ਕੇਸ ਉਹਦੇ ਅੱਗੇ ਖੋਲ ਦਿੱਤਾ ਉਹ ਇੱਕ ਪਾਵੇ ਤੇ ਦੂਸਰਾ ਲਾਵੇ ਕਾਫੀ ਚਿਰ ਇਸ ਸਿਲਸਿਲੇ ਦੇ ਬਾਅਦ ਉਹਨੇ ਗੂੜੇ ਲਾਲ ਰੰਗ ਦਾ ਸੂਟ ਪਸੰਦ ਕਰ ਲਿਆ ਤੇ ਉਹਦੇ ਮੇਚ ਵੀ ਇਹ ਸੂਟ ਬਹੁਤ ਸੋਹਣਾ ਆ ਗਿਆ ਮੈਂ ਵੀ ਉਸੇ ਰੰਗ ਦਾ ਇੱਕ ਹੋਰ ਸੂਟ ਆਪਣੇ ਪਾਉਣ ਲਈ ਕੱਢ ਲਿਆ ਉਨੇ ਚਾਰ ਨਾਲ ਤੋਂ ਵੀ ਸੂਟ ਪ੍ਰੈਸ ਕਰਕੇ ਰੱਖ ਲਏ। ਸ਼ਾਮ ਨੂੰ ਜਦੋਂ ਅਸੀਂ ਪਾਰਟੀ ਤੇ ਲਾਲ ਰੰਗ ਦੇ ਸੂਟ ਪਾ ਕੇ ਗਈਆਂ ਤਾਂ ਸਭ ਦਾ ਧਿਆਨ ਸਾਡੇ ਵੱਲ ਖਿੱਚਿਆ ਗਿਆ। ਸ਼ੈਨਨ ਨੇ ਚਿੱਟੇ ਰੰਗ ਦੀ ਬਹੁਤ ਹੀ ਸੋਹਣੀ ਡਰੈੱਸ ਪਾਈ ਹੋਈ ਸੀ। 5:00 ਵਜੇ ਉਹਨਾਂ ਨੇ ਸਾਰਿਆਂ ਨੂੰ ਹਲਕੀ ਜੀ ਸਨੈਕ ਦਿੱਤੀ ਤੇ ਕੇਕ ਕੱਟਣ ਦੀ ਰਸਮ 6:00 ਵਜੇ ਪੂਰੀ ਕਰਕੇ 7:00 ਵਜੇ ਡਿਨਰ ਦਾ ਕੰਮ ਖਤਮ ਕਰ ਲਿਆ। ਡਿਨਰ ਦੇ ਨਾਲ ਹਰ ਮੇਜ਼ ਤੇ ਇੱਕ ਇੱਕ ਬੋਤਲ ਚਿੱਟੀ ਤੇ ਲਾਲ ਵਾਈਨ ਦੀ ਰੱਖੀ ਹੋਈ ਸੀ। ਮੈਨੂੰ ਵਾਈਨ ਨਾ ਲੈੰਦੀ ਨੂੰ ਵੇਖ ਕੇ ਐਮੀ ਨੇ ਵੀ ਵਾਈਨ ਨਾ ਲਈ। ਮੈਂ ਉਹਨੂੰ ਕਿਹਾ ਕਿ ਜ਼ਰੂਰੀ ਨਹੀਂ ਕਿ ਤੂੰ ਮੇਰੀ ਰੀਸ ਹੀ ਕਰਨੀ ਹੈ ਤੇ ਜਾ ਕੇ ਉਹਨੇ ਛੋਟਾ ਜਿਹਾ ਲਾਲ ਵਾਈਨ ਦਾ ਗਲਾਸ ਲੈ ਲਿਆ। ਖਾਣੇ ਤੋਂ ਬਾਅਦ ਪੀਣ ਵਾਲੇ ਪੀ ਕੇ ਨਾ ਪੀਣ ਵਾਲੇ ਬਿਨਾਂ ਪੀਤੀਆਂ ਡਾਂਸ ਕਰਨ ਲੱਗ ਪਏ। ਸਾਡੇ ਸੂਟ ਸਭ ਤੋਂ ਵੱਖਰੇ ਹੋਣ ਕਰਕੇ ਸਭ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਈਮਨ ਦੀ ਮਾਂ ਸਾਨੂੰ ਖਿੱਚ ਕੇ ਡਾਂਸ ਕਰਨ ਲਈ ਲੈ ਗਈ ਤੇ ਸ਼ੈਨਨ ਦੀ ਦਾਦੀ ਵੀ ਆ ਕੇ ਸਾਡੇ ਨਾਲ ਡਾਂਸ ਕਰਨ ਲੱਗ ਪਈ ਰਾਤ ਦੇ ਠੀਕ 10 ਵਜੇ ਪਾਰਟੀ ਖਤਮ ਹੋ ਗਈ ਮੈਂ ਮੀਨੂ ਉਹਦੇ ਘਰ ਛੱਡਿਆ ਤੇ 11 ਵਜੇ ਤੋਂ ਪਹਿਲਾਂ ਹੀ ਆਪਣੇ ਘਰ ਵਾਪਸ ਆ ਗਈ ਧੰਨਵਾਦ